शाहकोट तो वड्डी खबर सामने आई है जिथे एक नौजवान दा कत्ल कर दिता गया है। अणपछाते व्यक्तियों वालों इस वारदात नु अंजाम दिता गया है। तेज धार हथियारां दे नाल उस नौजवान दा कत्ल किया गया है। मिली जानकारी अनुसार यह नौजवान व्याया होया सी, इसके तीन बच्चे भी दसे जा रहे ने। दसिया जा रहा है कि उसकी पत्नी कुछ दिन पहला ही घरेलू कलेश कारण अपने पेके चली गई सी। ते बीती देर रात उस नौजवान दा कत्ल कर दिता गया। उसकी बेटी ने उसकी लाश देखी सी। दसिया जा रहा है कि खून दे नाल लतपत उस व्यक्ति दी सोफे तो लाश मिली है। उधर पुलिस प्रशासन भी मौके ते पहुंचे है, घटना दा जायजा लिया जा रहा है। उधर परिवारिक मेंबरा दा इस घटना ते की कुछ कहना है, आओ ओ भी सुनदे हां। बुआ मैं तो आप इत्थे पुत है नहीं सी, महीना हो गया मैं गई नूं, काके मेरे चार आ अड्डो अड्डी आप दे थां है जिदा व्याही भरे हुए आ, दो रहिंदे व्याहुण वाले, ये व्याया होया सीगा, पता नहीं इहदे नाल की बीती पुत की नहीं बीती, बस इन्नी गल आ। कोई लाग डाट मता किसे नाल नहीं, किसे नाल लाग डाट नहीं सी पुत अपनी, एवें आपां कातों किसे नूं कहीए। तेरी वाइफ कित्थे रहिंदी? ਉਹ ਗਈ ਸੀ ਮਾਪਿਆਂ ਦੇ, ਹੋ ਗਏ ਤਿੰਨ ਚਾਰ ਦਿਨ ਗਈ ਨੂੰ ਉਹਨਾਂ ਦੇ। ਨਹੀਂ ਦਾਰੂ ਦੂਰੂ ਪੀਂਦੇ ਸੀਗੇ? ਹਾਂ ਦਾਰੂ ਪੀਂਦਾ ਸੀ, ਆਪਾਂ ਘਰ ਤੋਂ ਕਹੀਏ ਦਾਰੂ ਪੀਂਦਾ ਸੀ। ਅਤੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਜਦੋਂ ਇਹ ਕੰਮ ਹੋਇਆ? ਨਹੀਂ ਪਤਾ ਨਹੀਂ ਲੱਗਾ ਪਤਾ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਇਹਨੂੰ? ਸਵੇਰੇ ਕੁੜੀ ਛੋਟੀ, ਉਹਦੀ ਗੁੱਡੀ ਆ, ਉਹਨੇ ਆਣ ਕੇ ਦੇਖਿਆ ਸਵੇਰ ਨੂੰ, ਸਕੂਲੇ ਜਾਣਾ ਸੀ ਗੁੱਤਾ ਕਰਨ ਆਈ, ਅਤੇ ਉਹਨੇ ਆਣ ਕੇ ਦੇਖਿਆ, ਜੇ ਦੇਖਿਆ ਤਾਂ ਲਹੂ ਹਲਵਾਨ ਹੋਇਆ ਪਿਆ, ਸਾਰਾ ਬੈੱਡ ਭਰਿਆ ਪਿਆ ਲਹੂ ਦੇ ਨਾਲ। ਫਿਰ ਉਹਨੇ ਆਣ ਕੇ ਦੇਖਿਆ, ਫਿਰ ਜਾ ਕੇ ਰੌਲਾ ਪਾਇਆ ਵੀ ਪਾਪਾ ਨੂੰ ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ ਪਾਪਾ ਨੂੰ। ਫਿਰ ਸਾਰੇ ਆਣ ਕੇ ਦੇਖੇ, ਫਿਰ ਇੱਕਦਮ ਸਾਰਿਆਂ ਦੇਖਿਆ, ਫਿਰ ਪੁਲਿਸ ਸੱਦੀ, ਫਿਰ ਇੱਦਾਂ ਹੋਈ ਹੈ ਪੁੱਤ। ਅੱਜ ਸਵੇਰੇ ਰਿਪੋਰਟਿੰਗ ਹੋਈ ਸੀ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਵਿੱਚ, ਮੀਆਂਵਾਲ ਪਿੰਡ ਦਾ ਇੱਕ 33 ਸਾਲ ਦਾ ਸੂਰਜ ਉਰਫ ਜੌਨ ਲੜਕਾ ਸੀਗਾ, ਆਪਣੇ ਘਰ ਦੇ ਵਿੱਚ ਰਾਤ ਸੁੱਤਾ ਪਿਆ ਸੀਗਾ, ਔਰ ਉਹਦੇ ਜਿਹੜੇ ਤਿੰਨ ਬੱਚੇ ਨੇ ਉਹ ਆਪਣੀ ਭੂਆ ਦੇ ਨਾਲ ਦੇ ਘਰ, ਭੂਆ ਦੇ ਵਿੱਚ ਸੀਗੇ, ਉਹਨਾਂ ਦੇ ਘਰ ਦੇ ਵਿੱਚ ਮੌਜੂਦ ਸੀਗੇ। ਜਿਹੜੀ ਦੀ ਵਾਈਫ ਹੈਗੀ ਹੈ ਉਹ 5-6 ਦਿਨ ਪਹਿਲਾਂ ਕਿਸੇ ਆਮ ਘਰ ਦੇ ਲੜਾਈ ਝਗੜੇ ਦੇ ਕਾਰਨ ਆਪਣੇ ਪੇਕਿਆਂ ਦੇ ਕੋਲ ਗਈ ਹੋਈ ਸੀਗੀ, ਔਰ ਸਵੇਰੇ ਜਦੋਂ ਇਹਦੀ ਉਹਦੇ ਛੋਟੀ ਬੱਚਾ ਸੀਗਾ ਉਹ ਆਪਣਾ ਸਕੂਲ ਦੀ ਯੂਨੀਫਾਰਮ ਪਾਉਣ ਵਾਸਤੇ ਘਰ ਆਇਆ ਅਤੇ ਉਹਨੇ ਆਣ ਕੇ ਆਪਣੇ ਨਾਲ ਦੇ ਆਪਣੇ ਚਾਚੇ ਚਾਚਿਆਂ ਨੂੰ ਦੱਸਿਆ ਕਿ ਡੈਡੀ ਦੀ ਡੈਥ ਹੋ ਗਈ ਹੈ, ਮਤਲਬ ਬਲੀਡਿੰਗ ਬਹੁਤ ਸੀ ਅੰਦਰ। ਅਸੀਂ ਮੌਕਾ ਦੇਖਿਆ, ਉਹਦੇ ਸਿਰ ਦੇ ਵਿੱਚ ਘਾਤਕ ਜਿਹੜੀ ਹੈ ਉਹ ਕਿਸੇ ਹਥਿਆਰਾਂ ਦੇ ਨਾਲ ਉਹਦੇ ਸੱਟਾਂ ਵੱਜੀਆਂ ਹੋਈਆਂ ਸੀਗੀਆਂ ਅਤੇ ਉਹ ਬੈੱਡ ਦੇ ਉੱਤੇ ਲੰਮਾ ਪਿਆ ਸੀਗਾ। ਅਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਸੀ ਪੁਲਿਸ ਸਟੇਸ਼ਨ ਸ਼ਾਹਕੋਟ ਮੌਕਾ ਮੁਲਾਜ਼ਾ ਕਰਕੇ, DSP ਸ਼ਾਹਕੋਟ ਵੀ ਮੌਜੂਦ ਨੇ। ਮੌਕਾ ਮੁਲਾਜ਼ਾ ਕਰਨ ਤੋਂ ਬਾਅਦ ਅਸੀਂ ਡੈੱਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਅਗਲੀ ਕਾਰਵਾਈ ਲਈ ਅਸੀਂ ਸਿਵਲ ਹਸਪਿਟਲ ਸ਼ਿਫਟ ਕੀਤਾ, ਔਰ ਇਹਦੇ ਸਟੇਟਮੈਂਟ ਲਿਖ ਕੇ ਅਸੀਂ ਪਰਚਾ ਰਜਿਸਟਰਡ ਅਨਨੋਨ ਬੰਦਿਆਂ ਦੇ ਖਿਲਾਫ ਕਰ ਰਹੇ ਹਾਂ, ਔਰ ਜਲਦੀ ਅਸੀਂ ਜਿਹੜਾ ਹੈਗਾ ਇਸ ਮੁਕਦਮੇ ਨੂੰ ਟਰੇਸ ਕਰਾਂਗੇ।